ਦੇਖੋ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਬਿਲਕੁਲ ਮਤਲਬ ਲੀਪਾ ਪੋਚੀ ਕਰਦੇ ਲੱਗੀ ਆ, ਦਿਖਾਵੇਬਾਜ਼ੀ ਕਰਦੇ ਲੱਗੀ ਆ, ਕੇਵਲ ਜਿਵੇਂ ਕਹਿੰਦੇ ਆ ਗੋਂਗੂਆਂ ਤੋਂ ਮਿੱਟੀ ਝਾੜਨ ਦੀ ਗੱਲ 'ਤੇ ਲੱਗੀ ਹੋਈ ਆ। ਜਿਹੜੇ ਲੋਕਾਂ ਦੇ ਅਸਲੀ ਮੁੱਦੇ ਨੇ, ਪੰਜਾਬ ਦੇ ਲੋਕਾਂ ਦੀਆਂ ਅਸਲੀਆਂ ਸਮੱਸਿਆਵਾਂ ਨੇ, ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕੋਟਕਪੂਰਾ ਗੋਲੀ ਕਾਂਡ ਦਾ ਜੀ ਸਦਕੇ ਜਾਂਚ ਕਰਨ, ਜੀ ਸਦਕੇ ਸੱਚ ਸਾਹਮਣੇ ਲਿਆਉਣ। ਪਰ ਸਾਹਿਬ ਸੁਖਬੀਰ ਸਿੰਘ ਬਾਦਲ ਤਾਂ ਉਸ ਦਿਨ ਦੇਸ਼ ਵਿੱਚ ਹੈ ਨਹੀਂ ਸੀ, ਅਤੇ ਫਿਰ ਜਿਹੜੇ ਹੁਕਮ ਜਾਰੀ ਕੀਤੇ ਨੇ ਉੱਥੋਂ ਦੇ SDM ਨੇ ਖੁਦ ਮੰਨਿਆ ਵੀ ਉਹਨਾਂ ਦੇ ਆਰਡਰਾਂ 'ਤੇ ਗੋਲੀ ਚੱਲੀ, ਅਤੇ ਫਿਰ ਸੁਖਬੀਰ ਸਿੰਘ ਬਾਦਲ ਉਹਦੇ 'ਚ ਕਿੱਥੋਂ ਆ ਗਏ? ਜੀ ਸਦਕੇ ਜਾਂਚ ਕਰ ਲੈਣ, ਉਹਦੇ 'ਚ ਕੋਈ ਰੌਲਾ ਨਹੀਂ ਹੈ। ਪਰ ਸੱਚਾਈ ਤਾਂ ਇਹ ਆ ਕਿ ਅੱਜ ਦੀ ਜਿਹੜੀ ਸਰਕਾਰ ਆ ਇਹ ਕਿਸੇ ਅਸਾਰੂ ਕੰਮ ਵੱਲ ਤਾਂ ਧਿਆਨ ਨਹੀਂ ਦੇ ਰਹੀ। ਮਤਲਬ ਕਿਸੇ, ਤੁਸੀਂ ਇਹ ਦੱਸੋ ਵੀ ਪੰਜਾਬ ਦੇ ਵਿੱਚ 4-5 ਮਹੀਨਿਆਂ ਤੋਂ ਜਿਹੜਾ ਨੁਕਸਾਨ ਹੋਇਆ ਜਦੋਂ ਦੀ ਸਰਕਾਰ ਆਈ ਆ, ਦੋ ਗੱਲਾਂ ਦਾ। ਇੱਕ ਤਾਂ ਕੇਂਦਰ ਦੀ ਦਖਲਅੰਦਾਜ਼ੀ ਵਧੀ ਆ ਪੰਜਾਬ ਦੇ ਹਰ ਮਸਲੇ 'ਚ। ਸਾਨੂੰ ਤਾਂ ਸਥਾਈ ਮੈਂਬਰਸ਼ਿਪ ਖੋਲ੍ਹੀ ਸਾਡੀ ਤਾਂ ਡੈਮ ਤੋਂ, ਸਾਡੀ ਤਾਂ ਪੁਲਿਸ ਬਾਹਰ ਕੱਢਤੀ ਪੰਜਾਬ ਦੀ, CSF ਬਿਠਾਤੀ ਲਿਆ ਕੇ ਡੈਮਾਂ 'ਤੇ। ਸਾਡੀ ਤਾਂ ਰਾਜਧਾਨੀ ਚੰਡੀਗੜ੍ਹ ਸਿੱਧੇ ਤੌਰ 'ਤੇ ਗ੍ਰਹਿ ਮੰਤਰੀ ਜੀ ਨੇ ਹਰਿਆਣਾ ਸਰਕਾਰ ਨੂੰ ਦੇਣ ਦਾ ਫੈਸਲਾ ਕਰਤਾ, ਬਿਨਾਂ ਪੰਜਾਬ ਨੂੰ ਸਲਾਹ ਲਿਆ, ਬਿਨਾਂ ਪੁੱਛਿਆ ਹੀ। ਮਤਲਬ ਇੱਕ ਚਿੱਠੀ ਨਹੀਂ ਲਿਖ ਸਕਿਆ ਮੁੱਖ ਮੰਤਰੀ, ਜਾ ਕੇ ਕੋਈ ਅਧਿਕਾਰੀ ਦਿੱਲੀ ਨਾਲ ਗੱਲ ਨਹੀਂ ਕਰ ਸਕਿਆ ਕਿ ਪਿੱਛੇ ਨੁਕਸਾਨ ਹੋਇਆ ਨੈਚੁਰਲ ਕਲੇਮਿਟੀ ਦਾ, ਕਿਤੇ ਫਸਲਾਂ ਦਾ ਨੁਕਸਾਨ ਹੋਇਆ, ਮਤਲਬ ਹੜ੍ਹਾਂ ਨਾਲ ਵੀ ਹੋਇਆ, ਬਾਰਿਸ਼ਾਂ ਨਾਲ ਵੀ ਹੋਇਆ, ਬਿਮਾਰੀ ਨਾਲ ਵੀ ਹੋਇਆ। ਮਤਲਬ 5 ਰੁਪਈਏ ਵੀ ਕੇਂਦਰ ਤੋਂ ਮਾਲੀ ਮਦਦ ਲੈਣ ਲਈ ਨਾ ਤਾਂ ਕੋਈ ਮੰਤਰੀ ਨਾ ਕੋਈ ਅਧਿਕਾਰੀ ਤੱਕ ਗਿਆ। ਸੋ ਮੇਰਾ ਮਤਲਬ ਕਹਿਣ ਤੋਂ ਇਹ ਆ ਕਿ ਕੇਵਲ ਅਤੇ ਕੇਵਲ ਆਹ ਛੋਛੇਬਾਜ਼ੀ ਕਰਕੇ ਵੀ ਕਦੇ ਕਿਸੇ ਦੀ ਇਨਕੁਆਇਰੀ ਲਾਤੀ ਜੀ, ਕਦੇ ਕਿਸੇ ਦੀ ਜਾਂਚ ਸ਼ੁਰੂ ਕਰਤੀ ਜੀ। ਮਤਲਬ ਇਹਨਾਂ ਗੱਲਾਂ 'ਚ ਡੰਗ ਟਪਾ ਰਹੇ ਨੇ, ਡੰਗ ਟਪਾਉਣ ਦਾ ਕੰਮ ਨਹੀਂ ਚੱਲਣਾ। ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ ਸਾਹਿਬ ਭਗਵੰਤ ਸਿੰਘ ਮਾਨ ਨੂੰ ਰਾਜ ਕਰਨ ਦਾ, ਪਰ ਇਹ ਕੇਜਰੀਵਾਲ ਸਾਹਿਬ ਤੋਂ ਰਾਜ ਕਰਾਈ ਜਾ ਰਿਹਾ। ਅੱਜ ਪੰਜਾਬ ਦੇ ਵਿੱਚ ਗੈਰਾਂ ਦਾ ਰਾਜ ਆ, ਅੱਜ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰਲਿਆਂ ਦਾ ਰਾਜ ਆ, ਜਿਨ੍ਹਾਂ ਨੂੰ ਨਾ ਪੰਜਾਬ ਨਾ ਮੋਹ ਆ, ਨਾ ਪੰਜਾਬ ਦਾ ਦਰਦ ਆ। ਇਸ ਕਰਕੇ ਪੰਜਾਬ ਅੱਜ ਲਾਵਾਰਸ ਨਜ਼ਰ ਆ ਰਿਹਾ। ਦੇਖੋ ਗੱਲ ਇਹ ਆ ਵੀ ਭਾਵੇਂ ED ਆ, ਭਾਵੇਂ CBI ਆ, ਜੀ ਸਦਕੇ ਜੇ ਕਿਤੇ ਬੇਨਿਯਮੀਆਂ ਹੋਈਆਂ, ਕੋਈ ਘਪਲੇਬਾਜ਼ੀ ਹੋਈ ਆ, ਭਾਵੇਂ ਕਿਸੇ ਪਾਰਟੀ ਦੇ ਆਗੂ ਨੇ ਕਰੀ ਆ, ਭਾਵੇਂ ਕਿਸੇ ਅਧਿਕਾਰੀ ਨੇ ਕਰੀ ਆ, ਉਹਨਾਂ ਨੂੰ ਹੱਕ ਆ ਉਹਨਾਂ ਦੀ ਜਾਂਚ ਕਰਨ ਦਾ ਅਤੇ ਐਕਸ਼ਨ ਲੈਣ ਦਾ। ਪਰ ਜਦੋਂ ਇਹ ਸੰਸਥਾਵਾਂ ਪੋਲੀਟੀਕਲ ਮਾਇਲੇ ਲੈਣ ਲਈ, ਪੋਲੀਟੀਕਲ ਲਾਹੇ ਲੈਣ ਲਈ, ਰਾਜਸੀ ਰੋਟੀਆਂ ਸੇਕਣ ਲਈ ਇਹਨਾਂ ਸੰਸਥਾਵਾਂ ਦੀ ਵਰਤੋਂ ਹੋਏਗੀ, ਤਾਂ ਉਹ ਕੁਦਰਤੀ ਤੌਰ 'ਤੇ ਉਹਦਾ ਰੋਸ, ਉਹਦਾ ਗੁੱਸਾ ਹੁੰਦਾ, ਇਹਨਾਂ ਸੰਸਥਾਵਾਂ ਦਾ ਵਕਾਰ ਵੀ ਦਾਅ 'ਤੇ ਲੱਗ ਜਾਂਦਾ। ਪਿੱਛੇ ਕਾਂਗਰਸ ਪਾਰਟੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਇਹਨਾਂ ਸੰਸਥਾਵਾਂ ਨੂੰ ਆਪਣੀ ਮਨਮਰਜ਼ੀ ਨਾਲ ਵਰਤਣ ਦਾ ਯਤਨ ਕੀਤਾ ਸੀ, ਇਹਨਾਂ ਸੰਸਥਾਵਾਂ ਨੂੰ ਰਾਜਸੀ ਲਾਹੇ ਲੈਣ ਲਈ ਵਰਤਣ ਦਾ ਯਤਨ ਕੀਤਾ ਸੀ। ਜੋ ਹਸ਼ਰ ਅੱਜ ਕਾਂਗਰਸ ਦਾ ਹੋਇਆ ਇਹ ਸਾਰੀ ਦੁਨੀਆ ਦੇਖ ਰਹੀ ਆ। ਸੋ ਅੱਜ ਦੀ ਕੇਂਦਰ ਸਰਕਾਰ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਇਹਨਾਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਰਹਿਣ ਦੇਣੀ ਚਾਹੀਦੀ ਆ। ਇਹਨਾਂ ਸੰਸਥਾਵਾਂ ਨੇ ਜਿਸ ਕੰਮ ਲਈ ਇਹ ਬਣਾਈਆਂ ਉਹਨਾਂ ਤੱਕ ਹੀ ਸੀਮਤ ਰਹਿਣਾ ਚਾਹੀਦਾ। ਰਾਜਸੀ ਵਿਰੋਧੀਆਂ ਦੇ ਵਿਰੁੱਧ ਇਸ ਤਰ੍ਹਾਂ ਦੀਆਂ ਸੰਸਥਾਵਾਂ ਵਰਤਣੀਆਂ ਕਦੇ ਵੀ ਮੁਲਕ ਦੇ ਹਿੱਤ 'ਚ ਨਹੀਂ ਹੋਏਗਾ। ਪੰਜਾਬ ਦੇ ਵਿੱਚ 29-5 ਦੇਖੋ ਗੱਲ ਇਹ ਆ ਵੀ ਸਿੱਧੂ ਮੂਸੇਵਾਲ ਦੇ ਮਸਲੇ ਦੇ ਵਿੱਚ ਅੱਜ ਤੱਕ ਪੰਜਾਬ ਦੀ ਸਰਕਾਰ ਇਹ ਦੱਸ ਨਹੀਂ ਸਕੀ ਕਿ ਕਿਹਨਾਂ ਦੇ ਆਰਡਰਾਂ 'ਤੇ ਸਿਕਿਉਰਟੀ ਵਾਪਸ ਲਈ ਸੀ, ਕਿਉਂ ਲਈ ਸੀ, ਕੌਣ ਉਹਦੇ ਪਿੱਛੇ ਸੀ, ਅਤੇ ਸਰਕਾਰ ਜੇ ਸਰਕਾਰ ਵੱਲ ਸੂਈ ਘੁੰਮਦੀ ਆ ਤਾਂ ਸਰਕਾਰ ਉਹਦਾ ਜਵਾਬ ਦੇਵੇ, ਕਿਉਂਕਿ ਸਰਕਾਰ ਇਹਦੇ 'ਚ ਫਸਦੀ ਸੀ। ਇਸੇ ਕਰਕੇ ਇਹਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਾਉਣ ਤੋਂ ਮੁਨਕਰ ਹੋਈ, ਇਸੇ ਕਰਕੇ ਭਾਰਤ ਸਰਕਾਰ ਨੂੰ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਤੱਕ ਨਹੀਂ ਲਿਖੀ। ਜੇ ਸੱਚ ਲਿਆਉਣਾ ਚਾਹੁੰਦੇ ਸੀ, ਜੇ ਇਹ ਗੁਨਾਹਗਾਰ ਨਹੀਂ ਸੀ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਦੇ ਅਧਿਕਾਰੀ ਜਾਂ ਲੀਡਰ, ਤਾਂ ਇਹ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਾਉਣ। ਅੱਜ ਵੀ ਸਿੱਧੂ ਮੂਸੇਵਾਲ ਦੇ ਪਿਤਾ ਜੀ ਨੇ ਜਿਹੜੀ ਗੱਲ ਕੀਤੀ ਆ, ਮੰਗ ਕੀਤੀ ਆ, ਉਹ ਸਹੀ ਕੀਤੀ ਆ ਵੀ ਜਿਹੜੇ ਲੋਕ ਇਹਨਾਂ ਘਟਨਾਵਾਂ ਦੇ ਪਿੱਛੇ ਨੇ, ਜਿਹੜੇ ਲੋਕ ਐਸੇ ਹਾਲਾਤ ਬਣਾ ਰਹੇ ਨੇ, ਉਹਨਾਂ ਲੋਕਾਂ ਦਾ ਪਹਿਚਾਣ ਹੋਣੀ ਚਾਹੀਦੀ ਆ, ਤਾਂ ਕਿ ਇਹ ਸੂਬਾ ਜਿਹੜਾ ਸ਼ਾਂਤੀ ਨਾਲ ਰਹਿ ਸਕੇ। ਇਹ ਸੂਬੇ ਦੇ ਬੱਚੇ ਜਿਹੜੇ ਨੇ ਬੰਦੂਕਾਂ ਫੜਨ ਦੀ ਥਾਂ ਕਲਮਾਂ ਫੜਨ। ਪੰਜਾਬ ਦੇ ਅੱਜ ਦੀ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਕਿ ਬੱਚਿਆਂ ਦੇ ਹੱਥੋਂ ਬੰਦੂਕਾਂ ਛਡਾ ਕੇ ਉਹਨਾਂ ਦੇ ਹੱਥਾਂ 'ਚ ਕਲਮਾਂ ਫੜਾਈਆਂ ਜਾਣ, ਬਲਕਿ ਉਕਸਾਇਆ ਜਾ ਰਿਹਾ, ਬਲਕਿ ਇੱਕ ਧੜੇਬੰਦੀ ਪੈਦਾ ਕੀਤੀ ਜਾ ਰਹੀ ਆ। ਇਹ ਪੰਜਾਬ ਲਈ ਚਿੰਤਾ ਦੀ ਗੱਲ ਆ ਕਿ ਅੱਜ ਪੰਜਾਬ ਲਹੂ ਲਹਾਨ ਹੋਇਆ ਪਿਆ, ਅੱਜ ਪੰਜਾਬ ਵਿੱਚ ਅਰਾਜਕਤਾ ਫੈਲੀ ਹੋਈ ਆ, ਅੱਜ ਪੰਜਾਬ ਦੇ ਹਰ ਵਪਾਰੀ, ਕਾਰੋਬਾਰੀ, ਦੁਕਾਨਦਾਰ, ਮੁਲਾਜ਼ਮ, ਹਰ ਵਰਗ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਆ, ਇੱਕ ਸਹਿਮ ਦਾ ਮਾਹੌਲ ਆ। ਔਰ ਪੰਜਾਬ ਸਰਕਾਰ ਇਸ ਸਾਰੇ ਹਾਲਾਤਾਂ ਨੂੰ ਸ਼ਾਂਤ ਕਰਨ ਦੀ ਥਾਂ ਔਰ ਇਹਨਾਂ ਦੇ ਜਿਹੜੇ ਕਾਰਨ ਨੇ ਉਹਨਾਂ ਨੂੰ ਪਹਿਚਾਣਨ ਦੀ ਥਾਂ, ਬਲਕਿ ਹੋਰ ਉਤਸ਼ਾਹਿਤ ਕਰ ਰਹੀ ਆ, ਜਿਹੜਾ ਪੰਜਾਬ ਲਈ ਭਵਿੱਖ ਲਈ ਖਤਰੇ ਦੀ ਘਾਟੀ ਆ। ਹੁਣ ਤੁਸੀਂ ਦੇਖ ਸਕਦੇ ਹੋ
ग्लोबल पंजाब टीवी नू डाउनलोड करो साडी ऐप एंड्रॉइड जा आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते